ਨੂੰ ਸਸ਼ਿਕਾਉ ਜੀ ਸਾਰਿਆਂ ਨੂੰ ਅੱਜ ਹੈ ਮੇਰੇ 75 ਹਾਰਟ ਡੇ ਦਾ 14ਵਾਂ ਦਿਨ ਪਾਣੀ ਪੀ ਕੇ ਫਰੈਸ਼ ਹੋ ਕੇ ਪਹਿਲੇ ਮੈਂ ਮਾਰਨਿੰਗ ਵਾਕ ਕੀਤੀ ਫਿਰ ਮੈਂ ਪੀਟੀ ਕੀਤੀ ਸਾਰੀਆਂ ਐਕਸਰਸਾਈਜ਼ ਕੀਤੀਆਂ ਜਿਹੜੀਆਂ ਬੈਲੀ ਫੈਟ ਆਪਣਾ ਘੱਟ ਕਰਦੀਆਂ ਹੀ ਬੋਡੀ ਨੂੰ ਸਟ੍ਰੈਚ ਕਰਨ ਵਾਲੀਆਂ ਐਕਸਰਸਾਈਜ਼ ਕੀਤੀਆਂ ਅੱਜ ਮੈਂ ਪਾਰਕ ਗਈ ਸੀ ਉੱਥੇ ਸਾਰੀਆਂ ਇਹ ਐਕਸਰਸਾਈਜ਼ ਕੀਤੀਆਂ ਅੱਜ ਮੈਂ ਇੱਥੇ ਓਪਨ ਜਿਮ ਵੀ ਬਣਿਆ ਹੋਇਆ ਹੈ ਸਾਡੇ ਇੱਥੇ ਪਾਰਕ ਦੇ ਵਿੱਚ view ਦੇਖੋ ਕਿੰਨਾ ਅੱਛਾ ਹੈ ਸਵੇਰ ਦਾ ਸ਼ਾਂਤੀ ਬਾਬਾ ਜੀ ਅੱਗੇ ਅਰਦਾਸ ਕੀਤੀ ਮੱਥਾ ਟੇਕਿਆ ਸਾਹਮਣੇ ਗੁਰਦੁਆਰਾ ਸਾਹਿਬ ਹੈ ਘਰ ਆ ਕੇ ਆਪਣੀ ਡਾਈਟ ਲਿੱਤੀ ਬੇਟੇ ਨੂੰ ਨੁਹਾਇਆ ਤੋਂ ਆਇਆ ਨੂੰ ਰੈਡੀ ਕੀਤਾ ਖੁਦ ਫਰੈਸ਼ ਹੋ ਕੇ ਨਹਾ ਧੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਉਸ ਤੋਂ ਬਾਅਦ ਮੈਂ ਬ੍ਰੇਕਫਾਸਟ ਬਣਾਉਣ ਆ ਗਈ ਕਿਚਨ 'ਚ ਮम्मा ਨਾਲ ਗੱਲਾਂ ਕਰਦੇ ਹੋਏ ਮੈਂ ਅੱਜ ਆਲੂ ਦੇ ਪਰਾਂਠੇ ਤੇ ਕर्ड ਸੀ ਉਸ ਤੋਂ ਬਾਅਦ ਮੈਂ ਆ ਗਈ ਕਿਚਨ 'ਚ ਫਿਰ ਤੋਂ ਸਬਜ਼ੀ ਬਣਾਉਣ ਬੇਟੇ ਲਈ ਦੁਪਹਿਰੇ ਅਸੀਂ ਆਪਣੇ ਲਈ ਰਾਈਸ ਬਣਾਏ ਮਿਕਸ ਵੈਜੀਟੇਬਲ ਵਾਲੇ ਅੱਜ ਲਾਂਚ ਇਹ ਸੀ ਮੇਰਾ ਉਸ ਤੋਂ ਬਾਅਦ ਜੀ ਸਾਡਾ ਨਿੱਕਾ ਕਾਕਾ ਸ਼ਬਦ ਪੜ੍ਹਦੇ ਹੋਏ ਉਸ ਤੋਂ ਬਾਅਦ ਇਹ ਦੋਨੋਂ ਜਵਾਕਾਂ ਨੂੰ ਭੁੱਖ ਲੱਗੀ ਦੋਨੋਂ ਖਾਂਦੇ ਹੋਏ ਅੱਜ ਸ਼ਾਮੀ ਮੈਂ ਫਰੂਟ ਖਾਏ ਉਸ ਤੋਂ ਬਾਅਦ ਮੈਂ ਈਵਨਿੰਗ ਵਾਕ ਤੇ ਗਈ ਬੈਲੀ ਫੈਟ ਕੱਟ ਕਰਨ ਵਾਲੀਆਂ ਮੈਟ ਵਾਲੀਆਂ ਐਕਸਰਸਾਈਜ਼ ਕੀਤੀਆਂ ਮੈਂ ਇਹ ਦੇਖੋ ਇਹ ਮੈਨੂੰ ਤੰਗ ਕਰਦੇ ਹੋਏ ਬੱਚੇ ਐਕਸਰਸਾਈਜ਼ 'ਚ ਡਿਨਰ ਦੇ ਵਿੱਚ ਦਾਲ ਤੇ ਫੁਲਕੇ ਸੀ ਅੱਜ ਬਾਬਾ ਜੀ ਅੱਗੇ ਅਰਦਾਸ ਕੀਤੀ ਅੱਜ ਦਾ ਦਿਨ ਵਧੀਆ ਗਿਆ ਤੇ ਇਹ ਹੈ ਮੇਰੀ ਅੱਜ ਦੀ ਸੈਲਫੀ